दोस्तों इस समय असी मौजूद हाँ पिंड मंडेर कला के नौजवान साथियों के नाल जिथों का प्रीतम सिंह जिहड़ा साडा किसान सीगा वो शहीद होया कल लौंगोवाल च पुलिस की धक्काशाही के खिलाफ लड़दे हैं उस किसान की शहादत हुई है कुछ किसान जख्मी हुए हैं उस पिंड तो ये नौजवान भरा ने जिहड़े कल तो ही लंगर की सेवा अपने पिंड वालों कर रहे हैं उन्होंने नाल गल करते हैं भाई प्रीतम सिंह जी नूं किवें ਕਿਵੇਂ ਦੇਖਦੇ ਹੋ ਕਿਵੇਂ ਦੇ ਇਨਸਾਨ ਸੀਗੇ ਬਹੁਤ ਵਧੀਆ ਇਨਸਾਨ ਸੀ ਪ੍ਰੀਤ ਸਿੰਘ ਪਹਿਲਾਂ ਵੀ ਉਹਨਾਂ ਨੇ ਬਹੁਤ ਸੇਵਾ ਕਰੀ ਆ ਹੁਣ ਵੀ ਸੇਵਾ ਤੁਹਾਨੂੰ ਮਨੋਂ ਕਰ ਰਹੇ ਸੀਗੇ ਕੋਈ ਉਹਨਾਂ 'ਚ ਅੱਜ ਤੱਕ ਗਲਤੀ ਨਹੀਂ ਕਰ ਸਕਦਾ ਜੀ ਲੇਕਿਨ ਸ਼ਹੀਦ ਹੋਣੀ ਹੋ ਗਏ ਪਰ ਉਹਨਾਂ ਦੀ ਕੋਈ ਗਲਤੀ ਨਹੀਂ ਕਰ ਸਕਦਾ ਸਾਡੇ ਪਿੰਡ ਦੇ ਵਿੱਚ ਸਾਡਾ ਨਗਰ ਉਹਦੇ ਨਾਲ ਖੜਾ ਹੈ ਅਸੀਂ ਵੱਧ ਚੜ ਕੇ ਉਹਦੀ ਸੇਵਾ ਕਰਦੇ ਹਾਂ ਉਰੇ ਵੀ ਲੰਗਰਾਂ 'ਚ ਵੀ ਰਹਾਂਗੇ ਜਿੰਨਾ ਚਿਰ ਧਰਨਾ ਚੱਲੂਗਾ ਅਸੀਂ ਜ਼ੋਰ ਨਾਲ ਹੁੰਬ ਹੜਾ ਕੇ ਪਿੰਡ ਮੰਡੇਰ ਕਲਾਂ ਤੋਂ ਲੱਗੇ ਪਿੰਡਾਂ ਤੋਂ ਵੱਧੋ ਵੱਧ ਅਸੀਂ ਲੰਗਰ ਦੀ ਸਹਾਇਤਾ ਮੰਗਦੇ ਹਾਂ ਵੀ ਲੰਗਰ ਵੱਧੋ ਵੱਧ ਪਾਈ ਭੈਣਾਂ ਬੀਬੀਆਂ ਸਾਰੀਆਂ ਲੰਗਰ 'ਚ ਆਪਣੀ ਸਹਿਯੋਗ ਦੇਣ ਗੁਰਦੁਆਰਿਆਂ ਦੇ ਵਿੱਚੋਂ ਲੰਗਰ ਬਣ ਕੇ ਆਉਣਾ ਚਾਹੀਦਾ ਇੱਕ ਦਿੰਦਾ ਤਾਂ ਕੰਮ ਹੈ ਨਹੀਂ ਇਹ ਤਾਂ ਇਹ ਨਹੀਂ ਪਤਾ ਹੈਗਾ ਵੀ ਆਪਣਾ ਮਹੀਨਿਆਂ 'ਤੇ ਵਗ ਜੇ ਕੰਮ ਅਸੀਂ ਸਰਕਾਰ ਨੂੰ ਇਹੀ ਚੇਤਾਵਨੀ ਦਿੰਦੇ ਹਾਂ ਵੀ ਸਾਡਾ ਵੱਧੋ ਵੱਧ ਸਹਿਯੋਗ ਦੇਣਾ ਚਾਹੀਦਾ ਵੱਧੋ ਵੱਧ ਸਾਨੂੰ ਸਹਾਇਤਾ ਮਿਲਣੀ ਚਾਹੀਦੀ ਹੈ ਜੋ ਕਿ ਬਣਦੀ ਹੈ ਕਾਰਵਾਈ ਹੈ ਉਹਨਾਂ 'ਤੇ ਬਣਨੀ ਚਾਹੀਦੀ ਜਿਨ੍ਹਾਂ ਨੇ ਇਹ ਸ਼ਹੀਦ ਕੀਤੇ ਨੇਗੇ ਅਸੀਂ ਕਿੰਨਾ ਕੁ ਸਮਾਂ ਤੋਂ ਉਹਨਾਂ ਨੂੰ ਤੁਸੀਂ ਜਾਣਦੇ ਹੋ ਅਤੇ ਇਹ ਕਿਸਾਨ ਜਥੇਬੰਦੀ 'ਚ ਕਦੋਂ ਦੇ ਕੰਮ ਕਰ ਰਹੇ ਸੀ ਜੀ ਇਹ ਤਾਂ ਜੀ 20 ਸਾਲ ਤੋਂ ਕੰਮ ਕਰ ਰਹੇ ਸੀ ਜੀ 15 ਤੋਂ ਲੈ ਕੇ 20 ਸਾਲ ਤੋਂ ਦੇਖ ਰਿਹਾ ਜੀ ਮੈਂ ਪਹਿਲਾਂ ਖਜ਼ਾਨ 'ਚ ਵੀ ਰਹੇ ਨਹੀਂ ਸਾਡੇ ਖਜ਼ਾਨ 'ਚ ਹੋਣ ਦੇ ਬਾਵਜੂਦ ਵੀ ਇਹਨਾਂ ਦੀ ਕੋਈ ਸਾਨੂੰ ਸ਼ਿਕਾਇਤ ਨਹੀਂ ਮਿਲੀ ਜੀ ਪਿੰਡ ਦੇ ਵਿੱਚੋਂ ਬਿਲਕੁਲ ਇਹ ਸੀਗੇ ਮੰਡੇਰ ਕਲਾਂ ਤੋਂ ਜਿਹੜੇ ਨੌਜਵਾਨ ਸਾਥੀ ਸੀ ਜਿਹੜੇ ਲਗਾਤਾਰ ਲੰਗਰ ਦੀ ਸੇਵਾ ਕਰ ਰਹੇ ਪ੍ਰੀਤਮ ਸਿੰਘ ਹੋਰਾਂ ਦੇ ਨਾਲ ਪਹਿਲਾਂ ਰਹੇ ਉਹਨਾਂ ਦੇ ਹਮ ਉਮਰ ਵੀ ਨੇ ਉਹਨਾਂ ਨਾਲ ਗੱਲ ਕਰਦੇ ਕਿਵੇਂ ਨੇ ਇਨਸਾਨ ਸੀਗੇ ਜੀ ਪ੍ਰੀਤਮ ਸਿੰਘ ਠੀਕ ਆ ਜੀ ਮੈਂ 42 ਸੀ ਜੀ ਉਹਨਾਂ ਦਾ ਉਦੋਂ 60 ਸਾਲ ਦੇ ਹੋ ਗਏ ਮੇਰੀ ਉਮਰ ਦਾ ਜੀ ਅੱਛਾ ਜੀ ਹਾਂ ਜੀ ਤੁਸੀਂ ਉਹਨਾਂ ਦੇ ਕੰਮ ਕੀਤਾ ਹੈ ਪਹਿਲਾਂ 42 ਸੀ ਹਾਂ ਜੀ ਮੈਂ ਰਲਦਾ ਰਿਹਾ ਉਹਨਾਂ ਨਾਲ ਜੀ ਦੇਖੋ ਉਹ ਪੜ੍ਹਦਾ ਹੁੰਦੇ ਸੀ ਛੋਟਾ ਜਿਹਾ ਅੱਛਾ ਉਹ ਪੜ੍ਹਦੇ ਹੁੰਦੇ ਹਾਂ ਜੀ ਦੇਖੋ ਤੁਸੀਂ ਇਹ ਦੇਖੋ ਵੀ ਜਿਹੜੇ ਲੋਕ ਅੱਜ ਕਿਸਾਨਾਂ ਅਤੇ ਮਜ਼ਦੂਰਾਂ 'ਚ ਇੱਕ ਧੜੇਬੰਦੀ ਖੜੀ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਪਰ ਇੱਥੇ ਉਹ ਕਿਸਾਨ ਜਿਹੜੀ ਅਸੀਂ ਗੱਲ ਕਹਿੰਦੇ ਹਾਂ ਸੰਤ ਰਾਮ ਉਦਾਸੀ ਵੀ ਕਹਿੰਦੇ ਹੈ ਗਲ ਲੱਗ ਕੇ ਸਿਰੀ ਦੇ ਜੱਟ ਰੋਵੇ ਅਤੇ ਬੋਲਾਂ ਵਿੱਚੋਂ ਨੀਰ ਵਗਿਆ ਆਪਣੇ ਭਰਾ ਨੂੰ ਆਪਣੇ ਪਿੰਡ ਦੇ ਉਸ ਕਿਸਾਨ ਨੂੰ ਇਹ ਯਾਦ ਕਰਦੇ ਹਾਂ ਜਿਹੜੇ ਮਜ਼ਦੂਰ ਭਰਾ ਨੇ ਇਹ ਲਗਾਤਾਰ ਲੰਗਰ ਦੀ ਸੇਵਾ ਕਰ ਰਹੇ ਨੇ ਅਤੇ ਨਾਲ ਨਾਲ ਹੋਰਾਂ ਨੂੰ ਵੀ ਜਿਹੜੀ ਅਪੀਲ ਕਰ ਰਹੇ ਹੈ ਕਿ ਵੱਧ ਤੋਂ ਵੱਧ ਲੋਕ ਇੱਥੇ ਲੰਗਰ ਦੀ ਸੇਵਾ ਵਾਸਤੇ ਪਹੁੰਚਣ ਮਾਈਆਂ ਅਤੇ ਵੱਧ ਤੋਂ ਵੱਧ ਲੋਕ ਇਸ 'ਚ ਸਹਿਯੋਗ ਕਰਨ ਮੈਂ ਡ੍ਰੀਮ ਵੇਵਜ਼ ਸਟੂਡੀਓ ਤੋਂ ਸਤਪਾਲ ਬੰਗਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ